ਤੁਹਾਡੀ ਖਿਦਮਤ ਵਿੱਚ ਹੁਣ ਜਿਨ੍ਹਾਂ ਨੂੰ ਮੈਂ ਲੈ ਕੇ ਆਇਆ ਵਾਂ, ਜਿਸ ਤਰ੍ਹਾਂ ਪ੍ਰੋਗਰਾਮ ਦੇ ਸ਼ੁਰੂ ਹੀ ਤੁਹਾਨੂੰ, ਮੁਸ਼ਾਇਰੇ ਦੇ ਸ਼ੁਰੂ ਹੀ ਤੁਹਾਨੂੰ ਗੁਜ਼ਾਰਿਸ਼ ਕੀਤੀ ਸੀ ਕਿ ਸਾਡੇ ਕੋਲ ਉਰਦੂ, ਹਿੰਦੀ, ਪੰਜਾਬੀ ਦੇ ਸ਼ਾਇਰ ਅੱਜ ਮੌਜੂਦ ਨੇ. ਹੁਣ ਜਿਨ੍ਹਾਂ ਨੂੰ ਤੁਹਾਡੀ ਖਿਦਮਤ ਵਿੱਚ ਲੈ ਕੇ ਆ ਰਿਹਾ ਵਾਂ, ਉਹ ਹਿੰਦੀ ਦੀ ਸ਼ਾਇਰਾ ਨੇ, ਹਿੰਦੀ ਵਿੱਚ ਸ਼ਾਇਰੀ ਕਹਿੰਦੇ ਨੇ, ਆਪਣਾ ਕਲਾਮ ਲਿਖਦੇ ਨੇ. ਇਹਨਾਂ ਦਾ ਨਾਮ ਹੈ ਮਾਇਆ ਸਿੰਘ, ਔਰ ਇਹ ਅਮੇਠੀ ਪੰਜਾਬ ਦੇ ਵਿੱਚ, ਇਹਨਾਂ ਦੀ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਪੈਦਾਇਸ਼ ਹੋਈ ਸੀ. ਮੈਂ ਮਾਫ਼ੀ ਚਾਹੁੰਦਾ, ਸਟੈਂਡ ਕਰੈਕਟਡ. ਬਹੁਤ ਪੈਸ਼ਨ ਹੈ ਪੋਇਟਰੀ ਦੇ ਵਾਸਤੇ ਸ਼ੁਰੂ ਤੋਂ ਹੀ, ਔਰ ਇਹ ਅਰਸਾ 17-18 ਸਾਲ ਤੋਂ ਹੁਣ ਕੈਨੇਡਾ ਦੇ ਵਿੱਚ ਰਿਹਾਇਸ਼ ਇਹਨਾਂ ਦੀ, ਔਰ ਵਿੱਚ ਇਹ ਆਪਣੇ ਪੈਸ਼ਨ ਨੂੰ ਉਸ ਸ਼ਿੱਦਤ ਦੇ ਨਾਲ, ਉਸ ਸ਼ੌਕ ਨਾਲ ਪਰਸੂ ਨਹੀਂ ਕਰ ਪਾਏ ਆਪਣੀ ਮਸਰੂਫੀਆਤ ਦੀ ਬਣਾ 'ਤੇ. ਲੇਕਿਨ ਹੁਣ ਫੋਰਚੁਨੇਟਲੀ ਸ਼ੀ ਇਜ਼ ਇਨ ਅ ਪੋਜੀਸ਼ਨ ਟੂ ਗੋ ਫੋਰਥ ਵਿਦ ਹਰ ਪੈਸ਼ਨ. ਔਰ ਇਹਨਾਂ ਦੀ ਇੱਕ ਕਿਤਾਬ ਵੀ ਛਪ ਚੁੱਕੀ ਹੈ ਜਿਹਦਾ ਨਾਮ ਹੈ ਤਿਤਲੀਓਂ ਕੀ ਤਰ੍ਹਾਂ, ਅਤੇ ਇਹਨਾਂ ਦਾ ਮੈਂ ਤੁਹਾਨੂੰ ਚਾਰ ਲਾਈਨਾਂ ਇਹਨਾਂ ਦੀ ਸੁਣਾਉਂਦਾ ਵਾਂ, ਫਿਰ ਇਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਹਾਨੂੰ ਆਪਣਾ ਕਲਾਮ ਸੁਣਾਉਣ. ਜਾਣੇ ਵਾਲੇ ਕਾ ਗਮ ਨਹੀਂ ਕਰਤੇ, ਜਾਣੇ ਵਾਲੇ ਕਾ ਗਮ ਨਹੀਂ ਕਰਤੇ, ਖਵਾਬ ਆਂਖੋਂ ਮੇਂ ਅਬ ਨਹੀਂ ਬਸਤੇ. ਜਾਣੇ ਵਾਲੇ ਕਾ ਗਮ ਨਹੀਂ ਕਰਤੇ, ਖਵਾਬ ਆਂਖੋਂ ਮੇਂ ਅਬ ਨਹੀਂ ਬਸਤੇ, ਜਿਨਕੀ ਹਰ ਸ਼ਾਮ ਹਮਸੇ ਜ਼ਿੰਦਾ ਥੀ, ਹਮਸੇ ਵੋ ਬਾਤ ਵੀ ਅਬ ਨਹੀਂ ਕਰਤੇ. ਇਹ ਮਾਇਆ ਸਿੰਘ ਸਾਹਿਬਾ ਕਾ ਕਲਾਮ ਹੈ, ਔਰ ਅਬ ਮੈਂ ਗੁਜ਼ਾਰਿਸ਼ ਕਰੂੰਗਾ ਕਿ ਵੋ ਖੁਦ ਆਪਸੇ ਆਪਣਾ ਕਲਾਮ ਸ਼ੇਅਰ ਕਰੇ. ਮਾਇਆ ਸਿੰਘ ਸਾਹਿਬ, ਥੈਂਕ ਯੂ. ਆਪ ਸਭੀ ਕੋ ਮੇਰਾ ਨਮਸਤੇ, ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ, ਵਾਲੇਕੁਮ. ਔਰ ਥੈਂਕ ਯੂ ਭਾਈ ਜੀ, ਆਪਨੇ ਹਮੇ ਯਹਾਂ ਪੇ ਬੁਲਾਇਆ ਔਰ ਹਮ ਸਭ ਲੋਗੋਂ ਕੋ ਇੱਕ ਸਾਥ ਯਹਾਂ ਪਰ ਇੰਟਰੋਡਿਊਸ ਕੀਆ. ਦਿਸ ਇਜ਼ ਵੈਰੀ ਵੈਰੀ ਨਾਈਸ ਆਫ ਯੂ. ਤੋ ਮੈਂ ਇੱਕ ਗਜ਼ਲ ਔਰ ਇੱਕ ਗੀਤ ਸੁਣਾਉਂਗੀ ਆਪ ਲੋਗੋਂ ਕੋ. ਤੋ ਜੋ ਆਪਨੇ ਸੁਣਾਇਆ ਉਨ੍ਹੀਂ ਕੋ ਸ਼ੁਰੂ ਕਰਦੇ ਹਾਂ. ਜਾਣੇ ਵਾਲੋਂ ਕਾ ਗਮ ਨਹੀਂ ਕਰਤੇ, ਖਵਾਬ ਆਂਖੋਂ ਮੇਂ ਅਬ ਨਹੀਂ ਬਸਤੇ. ਜਾਣੇ ਵਾਲੋਂ ਕਾ ਗਮ ਨਹੀਂ ਕਰਤੇ, ਖਵਾਬ ਆਂਖੋਂ ਮੇਂ ਅਬ ਨਹੀਂ ਬਸਤੇ. ਜਿਨਕੀ ਹਰ ਸ਼ਾਮ ਹਮਸੇ ਜਿੰਦਾ ਥੀ, ਜਿਨਕੀ ਹਰ ਸ਼ਾਮ ਹਮਸੇ ਜਿੰਦਾ ਥੀ, ਹਮਸੇ ਵੋ ਬਾਤ ਵੀ ਅਬ ਨਹੀਂ ਕਰਤੇ. ਅਬ ਫਕਤ ਤੁਮਕੋ ਪਾਨਾ ਮਕਸਦ ਹੈ, ਅਬ ਫਕਤ ਤੁਮਕੋ ਪਾਨਾ ਮਕਸਦ ਹੈ, ਹਮ ਜਮਾਨੇ ਸੇ ਅਬ ਨਹੀਂ ਡਰਤੇ. ਤੇਰਾ ਕਿਰਦਾਰ ਹੈ ਅਜ਼ੀਜ਼ ਹਮੇਂ, ਤੇਰਾ ਕਿਰਦਾਰ ਹੈ ਅਜ਼ੀਜ਼ ਹਮੇਂ, ਹਮ ਤੇਰੇ ਹੁਸਨ ਪਰ ਨਹੀਂ ਮਰਤੇ. ਕਾਸ਼ ਭਗਵਾਨ ਇਤਨਾ ਕਰ ਦੇਤੇ, ਨਾਮ ਕੀ ਤੇਰੇ ਮਾਂਗ ਹਮ ਭਰਤੇ. ਇਸ ਕਾ ਆਖਰੀ ਸ਼ੇਰ, ਕਾਸ਼ ਮਿਲ ਜਾਏ ਹਮਕੋ ਵੋ ਮਾਇਆ, ਉਨਕੇ ਕਦਮੋ ਮੇਂ ਹਮ ਸਰ ਧਰਤੇ. ਚਲੀ ਇੱਕ ਬਿਲਕੁਲ ਸ਼ੁੱਧ ਹਿੰਦੀ ਮੈਂ ਆਪਕੋ ਗੀਤ ਸੁਣਾਤੀ ਹੂੰ. ਜਬ ਮੁਝਕੋ ਮੇਰਾ ਪਿਆਰ ਮਿਲਾ,
मेरा घर मुझसे रूठ गया जब मुझको मेरा प्यार मिला, मेरा घर मुझसे रूठ गया। मेरे बाबुल ने मुँह मोड़ा, मेरा आंगन मुझसे छूट गया। मेरे घर हुई सगाई, मेरे घर हुई सगाई, हम और हम नहीं गए बुलाए। मेरे घर हुई सगाई पर हम नहीं गए बुलाए, सारे संबंधी आए और हम हो गए पराए। सारे संबंधी आए और हम हो गए पराए। कैसे गीत सजे होंगे, कैसे गीत सजे होंगे, कैसे ढोलक बजती होगी। कैसे गीत सजे होंगे, कैसे ढोलक बजती होगी। क्या मेरे ना होने पर कोई आँख वहाँ रोई होगी। क्या मेरे ना होने पर कोई आँख वहाँ रोई होगी। जिन रस्मों में मुझको होना था, जिन रस्मों में मुझको होना था, वो रस्में किसने की होंगी। जिन रस्मों में मुझको होना था, वो रस्में किसने की होंगी। किसने की होगी बिदाई और किसने की होगी मुंह दिखाई। मेरे अपनों ने मुझको ना छोड़ा, इस दुनिया ने रोका। मेरे अपनों ने मुझको ना छोड़ा, इस दुनिया ने रोका। जिन रस्मों ने मुझको ना तोड़ा, फिर क्यों अपनों ने छोड़ा। जब मुझको मेरा प्यार मिला। बहुत शुक्रिया, बहुत जी। काश मिल जाए हमको वो माया, काश मिल जाए हमको वो माया, उनके कदमों में हम सर धरते। ये थी माया सिंह साहिबा। आपने यकीनन इनके कलाम को एंजॉय किया होगा, महसूस हुए होंगे। हमारे मुशायरे में आज जो जिन शायरा ने शिरकत की, हिंदी कलाम अपना हमारे साथ शेयर किया, वो माया सिंह साहिबा हैं। और मैं सेठी साहब से फिर गुजारिश करूंगा कि माया सिंह साहिबा को आज का मोमेंटो पेश करें। थैंक यू, थैंक यू वेरी मच, बहुत शुक्रिया।